ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਬੀਤੇ ਦਿਨੀ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਸੀ, ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਗਰ ਸਾਹਿਬ ਦੀ ਅਧਿਆਪਕਾ ਪ੍ਰਵੀਨ ਕੁਮਾਰੀ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਸ ਦੇ ਸਕੂਲ ਪਹੁੰਚਣ ਤੇ ਸਕੂਲ ਪ੍ਰਬੰਧਕਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਬੱਚਿਆਂ ਨੂੰ ਲੱਡੂ ਵੀ ਵੰਡੇ ਗਏ। ਮੈਂ ਪ੍ਰਵੀਨ ਕੁਮਾਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਗਰ ਸਾਹਿਬ ਵਿਖੇ ਬਤੌਰ ਸਮਾਜਿਕ ਸਿੱਖਿਆ ਮਿਸਟਰੈਸ ਕੰਮ ਕਰ ਰਹੀ ਹਾਂ ਅਤੇ ਸਾਡੇ ਲਈ ਸਾਰਿਆਂ ਲਈ ਬੜੀ ਖੁਸ਼ੀ ਦੀ ਗੱਲ ਹੈਗੀ ਹੈ, ਸਾਡੇ ਪੂਰੇ ਇਲਾਕੇ ਲਈ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਮੈਨੂੰ ਬਹੁਤ ਹੀ ਮਾਣਯੋਗ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਗਣਤੰਤਰ ਦਿਵਸ ਦੇ ਮੌਕੇ 'ਤੇ ਸਨਮਾਨ ਪ੍ਰਾਪਤ ਹੋਇਆ ਔਰ ਇਹ ਸਨਮਾਨ ਸਾਡਾ ਸਾਰਿਆਂ ਦਾ ਸਾਂਝਾ ਸਨਮਾਨ ਹੈਗਾ। ਇਸ ਸਨਮਾਨ ਨੂੰ ਪ੍ਰਾਪਤ ਕਰਨ ਤੋਂ ਬਾਅਦ ਜਿਹੜੇ ਮੇਰੇ ਅੰਦਰ ਇਛਾਵਾਂ ਨੇ ਉਹ ਹੋਰ ਵੀ ਵੱਧ ਗਈਆਂ ਨੇ। ਇਹ ਉਹ ਇਛਾਵਾਂ ਨੇ ਜਿਹਦੇ ਨਾਲ ਮੈਂ ਵੱਧ ਤੋਂ ਵੱਧ ਲੋਕਾਂ ਦੀ ਭਲਾਈ ਕਰਨ ਦਾ ਸੁਪਨਾ ਸੋਚਿਆ ਹੈ ਔਰ ਮੈਂ ਆਪਣੇ ਆਸ ਪਾਸ ਦੀਆਂ ਸਾਰੀ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕਰਦੇ ਹੋਏ ਸਭ ਤੋਂ ਅਪੀਲ ਵੀ ਕਰੂੰਗੀ ਕਿ ਆਪਣੇ ਆਸ ਪਾਸ ਜਿੰਨਾ ਵੀ ਸਮਾਜ ਦਾ ਸੁਧਾਰ ਹੋ ਸਕੇ ਉਹਨੂੰ ਅਸੀਂ ਜਿੱਥੋਂ ਤੱਕ ਲੈ ਕੇ ਜਾ ਸਕੀਏ ਕਰੀਏ ਔਰ ਇਸ ਦੇ ਨਾਲ ਹੀ ਮੈਂ ਪਰਮਾਤਮਾ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਬਣਾਇਆ ਕਿ ਮੈਂ ਅੱਜ ਸਨਮਾਨ ਲੈ ਕੇ ਇੱਥੇ ਖੜੀ ਹਾਂ। 26 ਜਨਵਰੀ 2019 ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਮਾਗਰ ਸਾਹਿਬ ਵਾਸਤੇ ਹੀ ਨਹੀਂ, ਪਿੰਡ ਵਾਸਤੇ, ਸਾਰੇ ਇਲਾਕੇ ਵਾਸਤੇ, ਸਗੋਂ ਸਾਰੇ ਜ਼ਿਲ੍ਹੇ ਵਾਸਤੇ ਬਹੁਤ ਭਾਗਾਂ ਵਾਲਾ ਦਿਨ ਆ, ਜਿਸ ਦਿਨ ਸਕੂਲ ਦੇ ਅਧਿਆਪਕਾਂ ਮੈਮ ਪ੍ਰਵੀਨ ਜੀ ਨੂੰ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ 26 ਜਨਵਰੀ ਗਣਤੰਤਰਤਾ ਦਿਵਸ ਸਮਾਰੋਹ ਉੱਤੇ ਸਨਮਾਨਿਤ ਕੀਤਾ ਗਿਆ ਅਤੇ ਮੈਮ ਬਹੁਤ ਅਣਥੱਕ ਵਰਕਰ, ਸੋਸ਼ਲ ਵਰਕਰ, ਵਿਦਿਆਰਥੀਆਂ ਦੀ ਹਰ ਪ੍ਰੋਬਲਮ ਸਮਝਣ ਵਾਲੇ, ਉਹਨਾਂ ਦੀ ਫੀਸ ਭਰਵਾਉਣੀ, ਵਰਦੀਆਂ ਦਵਾਉਣੀਆਂ, ਸ਼ੂਜ਼ ਦਵਾਉਣੇ, ਹਰ ਬੱਚਿਆਂ ਦੀ ਜ਼ਰੂਰਤ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਾ, ਇੱਥੋਂ ਤੱਕ ਕਿ ਜਿਨ੍ਹਾਂ ਦੇ ਘਰ ਦੀ ਪ੍ਰੋਬਲਮ ਆ ਘਰਾਂ ਦੇ ਵਿੱਚ ਮੀਟਰ ਵੀ ਲਵਾ ਤੇ, ਅਤੇ ਸਾਨੂੰ ਬਹੁਤ ਖੁਸ਼ੀ ਆ ਇਹੋ ਜਿਹੇ ਅਧਿਆਪਕਾਂ ਸਾਡੇ ਸਕੂਲ ਵਿੱਚ ਆ ਜਿਹੜੇ ਦਿਲੋਂ ਬੱਚਿਆਂ ਨੂੰ ਪਿਆਰ ਕਰਦੇ ਆ ਅਤੇ ਸਕੂਲ ਦਾ ਕੋਈ ਵੀ ਕੰਮ ਕਹਿ ਦਿਉ, ਇੱਕ ਵਾਰੀ ਕਹਿ ਦਿਉ, ਦੁਬਾਰਾ ਉਹ ਕੰਮ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ, ਆਪਣੇ ਆਪ ਕੰਮ ਹੋ ਜਾਏਗਾ। ਦੇਵੀਗੜ੍ਹ ਤੋਂ ਰਜਿੰਦਰ ਸਿੰਘ ਮੌਜੀ ਦੀ ਰਿਪੋਰਟ।